ਐਸੀ ਧਰਤੀ ਦੇ ਦਰਸ਼ਨ ਕਰਾਵਾਂਗੇ, ਐਨ ਮੈਂ ਕਹਿੰਦਾ ਆਨੰਦ ਆਊਗਾ, ਅਤੇ ਆਨੰਦ ਤੁਹਾਨੂੰ ਵੀ ਵੀਡੀਓ ਵੇਖਣ ਦਾ ਆਊਗਾ, ਅਤੇ ਮੈਨੂੰ ਵੀਡੀਓਜ਼ ਬਣਾਉਣ ਦਾ ਵੀ ਆਨੰਦ ਆਊਗਾ, ਅਤੇ ਬਾਬਾ ਮਿਹਰ ਕਰੇ ਸਭ ਨੂੰ ਤਰੱਕੀਆਂ ਬਖਸ਼ੇ। ਦੇਖਿਆ ਕਿਹੜੇ ਉੱਤਰ ਦਾ ਮੀਂਹ, ਕਿਹੜੇ ਜਿੱਥੇ ਡਿੱਗਦਾ ਸਰਾਟਾ ਡਿੱਗਦਾ ਕਿਹੜੇ, ਵਾਹ ਵਾਹ। ਲਓ ਵੇ ਮਿੱਤਰੋ, ਫੁੱਲ ਮੀਂਹ ਦੇ ਨਾਲ ਆਪਣੇ ਬ੍ਰੈਡ ਤਿਆਰ, ਕਦੇ ਸਰਾਟੇ ਆ ਜਾਂਦੇ, ਕਿਤੇ ਜਾ ਵੜਦੇ ਆ। ਸਤਿ ਸ਼੍ਰੀ ਅਕਾਲ ਜੀ, ਠੰਡੀ ਠੰਡੀ ਸਵੇਰ ਸਾਰਿਆਂ ਨੂੰ, ਵੈਰੀ ਗੁੱਡ ਮੋਰਨਿੰਗ ਜੀ, ਕੀ ਹਾਲ ਚਾਲ ਜੀ, ਸਾਰੇ ਠੀਕ ਠਾਕ ਹੋ? ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ 'ਚ। ਬਾਈ ਦੋ ਤਿੰਨ ਦਿਨਾਂ ਤੋਂ ਮੀਂਹ ਪਈ ਜਾਂਦਾ ਥੋੜ੍ਹਾ ਥੋੜ੍ਹਾ, ਅਤੇ ਅੱਜ ਥੋੜ੍ਹੀ ਜਿਹੀ ਝੜੀ ਵਾਲਾ ਮੌਸਮ ਟਾਈਪ ਜਿਹਾ ਹੋਇਆ ਪਿਆ, ਅਤੇ ਕਾਫੀ ਵਧੀਆ ਠੰਡਾ ਠੰਡਾ ਮਾਹੌਲ ਆ। ਅਤੇ ਪਿਛਲੇ ਦੋ ਦਿਨ ਹੋ ਗਏ ਆ, ਇੱਕੇ ਪਾਸੇ ਮੋਟਰ ਚੱਲੀ ਜਾਂਦੀ ਆ, ਖੇਤ ਨਹੀਂ ਗਿਆ ਗੇੜਾ ਮਾਰਨ, ਪਰ ਟਾਈਮ ਨਹੀਂ ਸੀ ਹੈਗਾ। ਕੱਲ੍ਹ ਸੀਗੀ ਬਾਬਾ ਆਨੰਦ ਸਿੰਘ ਜੀ ਦੀ ਬਰਸੀ, ਅਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਪਿਆਰ ਦਿੱਤਾ, ਧੰਨਵਾਦ। ਅਤੇ ਅੱਜ ਤੁਹਾਨੂੰ ਖੇਤ ਦੇ ਰੌਣਕ ਮੇਲੇ ਦਿਖਾਉਂਦੇ ਹਾਂ, ਅਤੇ ਹੁਣ ਆਪਾਂ ਚੱਲਦੇ ਹਾਂ ਖੇਤ, ਦੇਖਦੇ ਹਾਂ ਕਿੰਨਾ ਕੁ ਮੀਂਹ ਆ। ਰਾਤੀ ਵੀ ਕਾਫੀ ਮੀਂਹ ਪੈ ਗਿਆ, ਅਤੇ ਹੁਣ ਵੀ ਭੂਰ ਜੀ ਪਈ ਜਾਂਦੀ ਹੈ ਸਵੇਰ ਦੀ, ਸਾਰਾ ਬੱਦਲ ਬਣਿਆ ਹੋਇਆ, ਅਤੇ ਮੌਸਮ ਪੂਰਾ ਐਂਡ ਕਰਤਾ ਬਈ, ਭਾਦੋਂ 'ਚ ਰੱਬ ਨੇ ਮੌਸਮ ਠੰਡਾ ਠੰਡਾ ਕਰਤਾ। ਚੱਲਦੇ ਹਾਂ ਖੇਤਾਂ ਨੂੰ, ਘੈਂਟ ਵਿਊ ਹੋਇਆ ਪਿਆ ਬਈ ਖੇਤ, ਛੋਟੀ ਛੋਟੀ ਕਣੀ ਪੈਂਦੀ ਪਈ ਹੈ। ਮੈਂ ਕਹਿੰਦਾ ਆਹ ਦੇਖੋ, ਸਾਰੇ ਦਰੱਖਤ ਵੀ ਪੂਰੇ ਖੁਸ਼ ਆ, ਵੇਖੋ ਫੁੱਲ ਕੱਢਦੇ ਪਏ, ਸਾਰੀ ਕਾਇਨਾਤ ਹੀ ਖੁਸ਼ ਕਰਤੀ ਵੀ ਰੱਬ ਨੇ। ਸਾਉਣ ਮਹੀਨੇ 'ਚ ਝੜੀ ਲਾਉਣੀ ਭੁੱਲ ਗਿਆ, ਰੱਬ ਨੇ ਭਾਦੋ ਮਹੀਨੇ 'ਚ ਲਾ ਤੀ, ਆ ਕਿੰਨੇ ਸੋਹਣੇ ਸਾਰੇ ਦਰੱਖਤ ਹੋ ਗਏ, ਅਤੇ ਸਾਰੀ ਕੁਦਰਤ ਹੀ ਖੁਸ਼ ਹੋ ਗਈ। ਰੱਬ ਨੇ ਸਾਰੇ ਜੀਵ ਜੰਤੂ ਸਾਰੇ ਖੁਸ਼ ਕਰਤੇ ਬਈ। ਵਿਊ ਦੇਖੋ ਆਪਣੀ ਮੋਟਰ ਦਾ ਤੁਸੀਂ, ਕਿਵੇਂ ਨਿੰਮਾਂ ਝੁਕੀਆਂ ਪਈਆਂ ਕਣੀਆਂ ਨਾਲ, ਠੰਡੀਆਂ ਠੰਡੀਆਂ ਨਾਲ। ਉੱਧਰ ਮੈਂ ਮੋਟਰ 'ਤੇ ਸਾਰੀ ਸਫਾਈ ਕਰ ਗਿਆ ਸੀ, ਪੱਤੇ ਪੁੱਤੇ ਬਹੁਤ ਖਿਲਰੇ ਪਏ ਸੀ, ਆ ਖੁੱਡਾਂ ਹੀ ਬਹੁਤ ਸੀਗੀਆਂ। ਮੈਂ ਹਜੇ ਨਾ ਹੋਵੇ ਸੱਪ ਸੁੱਪ ਹੀ ਆ ਕੇ ਵੜ ਜਾਵੇ, ਇੱਕ ਦਿਨ ਉੱਥੇ ਨਾ ਉਹ ਗੁੱਠ 'ਚ ਖੁੱਡਾਂ ਚੂਹਿਆਂ ਦੀਆਂ ਸੀਗੀਆਂ, ਦੇ ਵਿੱਚ ਆ ਕੇ ਸੱਪ ਵੜ ਗਿਆ। ਆ ਉੱਧਰ ਮੈਂ ਸਾਰੀਆਂ ਖੁੱਡਾਂ ਬੰਦ ਕਰਤੀਆਂ, ਐਨ ਕੰਮ ਰੜਾ ਰੜਾ ਕਰਤਾ ਸਾਰਾ, ਅਤੇ ਉੱਤੋਂ ਪੈ ਗਿਆ ਮੀਂਹ, ਸਾਰੀ ਮਿੱਟੀ ਮਿੱਟੀ ਗਈ ਜੰਮ, ਸੋਹਣੀ ਬਣ ਗਈ, ਘੈਂਟ ਗੱਲਬਾਤ। ਇੱਧਰ ਲਾਤੀ ਢੇਰੀ, ਅੱਗ ਲਾ ਦਿਆਂਗੇ। ਬਾਕੀ ਝੋਨਾ ਵੀ ਬੱਲੇ ਬੱਲੇ ਹੋਈ ਪਈ ਆ, ਦੋ ਦਿਨ ਹੋ ਗਏ ਆ, ਜਿੱਦਾਂ ਦੀ ਸਪਰੇਅ ਕੀਤੀ ਉੱਦਣ ਰਾਤ ਨੂੰ ਬਚਾਅ ਹੋਇਆ, ਅਗਲੇ ਦਿਨ 12 ਵਜੇ ਮੀਂਹ ਪੈ ਗਿਆ, 10-12 ਘੰਟੇ ਵੈਸੇ ਲੰਘ ਗਏ ਸੀ। ਚਲੋ ਬਾਕੀ ਜੋ ਲਿਖਿਆ ਮੁਕੱਦਰ 'ਚ ਮਿਲ ਜਾਣਾ। ਅਤੇ ਅੱਜ ਲਾਈਟ ਆਉਣੀ ਸੀਗੀ, ਮੈਂ ਕਿਹਾ ਮੋਟਰ ਬੰਦ ਕਰਿਆ, ਮੈਂ ਤਾਂ ਹੀ ਮੀਂਹ 'ਚ ਆਇਆ ਸੀ ਮੈਂ, ਸਾਰਾ ਸਾਡਾ ਰਾਹ ਵੀ ਖਰਾਬ ਹੋਇਆ ਪਿਆ ਸਾਰਾ ਨਾ, ਚਿੱਕੜਾ ਸਾਡੇ ਰਾਹ ਆਉਣਾ ਵੀ ਬਹੁਤ ਔਖਾ, ਜੇ ਬੰਦਾ ਮਾੜਾ ਜਿਹਾ ਵੀ ਤਿਲਕ ਗਿਆ ਤਾਂ ਲੱਤ ਬਾਂਹ ਹੈਣੀ ਗੀ, ਇੰਨਾ ਚਿੱਕੜ ਤਿਲਕਣ ਵਾਲਾ ਰਾਹ ਸਾਡਾ, ਸਾਰਾ ਪੱਕਾ ਨਾ ਵਾਣ। ਅਤੇ ਹੁਣ ਸ਼ੀਂਹ ਬੰਦ ਕਰ ਦਿੰਦੇ ਹਾਂ, ਲਾਈਟ ਪਤਾ ਨਹੀਂ ਆਈ ਸੀ ਕਿ ਨਹੀਂ ਆਈ ਸੀ, ਘੰਟਾ 2 ਘੰਟੇ ਸ਼ਾਇਦ ਨਹੀਂ ਚੱਲੀ ਲਾਈਟ, ਫਾਲਟ ਪੈ ਗਿਆ। ਚਲੋ ਆਪਾਂ ਸ਼ੀਂਹ ਕੱਢ ਦਿੰਦੇ ਹਾਂ, ਕਿਉਂਕਿ ਪਾਣੀ ਹੈਗਾ ਝੋਨੇ 'ਚ ਵਧੀਆ, ਜਿੰਨਾ ਕੁ ਲੋੜ ਆ ਉਨਾ ਕੁ ਹੈਗਾ। ਬੱਦਲ ਕਾਫੀ ਆ ਗਿਆ, ਪਹਿਲਾਂ ਤਾਂ ਐਂ ਲੱਗਦਾ ਖੇਤਾਂ ਜਿਵੇਂ ਮੌਸਮ ਜਿਹਾ ਸਾਫ ਹੋ ਗਿਆ, ਭੂਰ ਜੀ ਪੈਣ ਲੱਗ ਪਈ ਵੀ ਫਿਰ ਕੰਮ ਕਰੂਗਾ। ਉਸਤਾਦ ਆ ਕੱਪੜੇ ਕਿ ਬਾਹਰ ਹੀ ਰਹਿੰਦੇ ਨੇ ਆ, ਹੁਣੇ ਧੋਤੇ ਆ, ਅੱਜ ਜ਼ਿਆਦਾ ਧੋਤੇ, ਕਹਿੰਦੀ ਧੁੱਪ ਨਿਕਲਾਉਣੀ, ਅਤੇ ਬੱਦਲ ਸਾਰੇ ਹੋ ਗਿਆ, ਨਾਲ ਹਵਾ ਵੀ ਚੱਲ ਪਈ, ਮੌਸਮ ਪੂਰਾ ਠੰਡਾ ਬਣਾ ਤਾ, ਆਏ ਭੂਰ ਪੈਣ ਲੱਗ ਪਈ ਨਾ, ਲਾਊਗਾ ਸਾਉਣ ਦੇ ਸਾਉਣ ਦੀ ਝੜੀ ਭਾਦੋਂ 'ਚ ਲਾਊਗਾ ਕਿ ਨਹੀਂ ਉਸਤਾਦ। ਆਹ ਵੀ ਆਪਣੇ ਜੰਗਾਲ ਜਿਹਾ ਪੈ ਗਿਆ ਮੀਂਹ ਪਿਆ ਪਿਆ, ਜਾਲੀਆਂ ਨੂੰ ਐਤਕੀ ਇਹ ਵੀ ਰੰਗ ਕਰਾਵਾਂ ਦਿਵਾਲੀ ਤੋਂ ਪਹਿਲਾਂ, ਜਾਲੀਆਂ ਸਾਰੀਆਂ ਖਰਾਬ ਹੋ ਗਈਆਂ। ਰੱਬ ਨੇ ਸਾਉਣ ਮਹੀਨੇ 'ਚ ਇਹੋ ਜਿਹੇ ਦਿਨ ਲਿਆਂਦੇ ਨਹੀਂ, ਜਦੋਂ ਪੂੜੇ ਪਕੌੜੇ ਗੁਲਗਲੇ ਬਣਾਉਣੇ ਸੀ, ਅਤੇ ਅੱਜ ਮੌਸਮ ਪੂਰਾ ਠੰਡਾ, ਅੱਜ ਵੀ ਪਕੌੜੇ ਪਕੂੜੇ ਬਣਾਉਣ ਨੂੰ ਜੀ ਕਰਦਾ, ਮੈਂ ਤਾਂ ਕਿਹਾ ਅੱਧਾ ਘੰਟਾ ਸੌਂ ਵੀ ਲਿਆ ਰੋਟੀ ਰੋਟੀ ਖਾ ਕੇ, ਅਤੇ ਹੁਣ ਟਾਈਮ 12 ਵਜ ਗਿਆ ਦੁਪਹਿਰ ਦੇ,
ਤੇ ਮੈਂ ਕਹਿੰਦਾ ਮੈਂ ਉੱਠ ਕੇ ਬਾਹਰ ਆਇਆ ਤੇ ਕਿਆ ਔਸਮ ਵਿਊ ਆ ਆਹਾ। ਜਦੋਂ ਮੈਂ ਬਾਹਰ ਦੇਖਿਆ ਨੀਂਦਾਂ ਉੱਡ ਗਈਆਂ। ਹੁਣ ਚਾਹ ਚੂਹ ਪੀਂਦੇ ਹਾਂ, ਅੱਖਾਂ ਹੀ ਮੇਰੇ ਨੀਂਦ ਆ ਕਿਉਂਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਤੁਰਿਆ ਹੀ ਫਿਰਦਾ। ਫਿਰ ਮੈਂ 4-5 ਦਿਨ ਲਗਾਤਾਰ ਘੁੰਮਦਾ ਫਿਰਦਾ ਅਤੇ ਫਿਰ 2 ਦਿਨ ਰੈਸਟ ਕਰੀਦੀ। ਹੁਣ ਅੱਜ ਅਤੇ ਕੱਲ੍ਹ ਰੈਸਟ ਕਰਾਂਗੇ ਅਤੇ ਜਿਹੜੇ ਆਪਣੇ ਵਲੌਗ ਆਉਣੇ ਆ ਪਰਸੋਂ ਤੋਂ ਲੈ ਕੇ 4th, 5th, 6th ਕਿਆ ਗੱਲਾਂ ਬਾਤਾਂ ਆ, ਮੈਂ ਕਹਿੰਦਾ ਐਸੀ ਧਰਤੀ ਦੇ ਦਰਸ਼ਨ ਕਰਾਵਾਂਗੇ ਅਤੇ ਐਨ ਮੈਂ ਕਹਿੰਦਾ ਆਨੰਦ ਆਊਗਾ ਅਤੇ ਆਨੰਦ ਤੁਹਾਨੂੰ ਵੀ ਵੀਡੀਓ ਵੇਖਣ ਦਾ ਆਊਗਾ ਅਤੇ ਮੈਨੂੰ ਵੀਡੀਓਜ਼ ਬਣਾਉਣ ਦਾ ਵੀ ਆਨੰਦ ਆਊਗਾ। ਅਤੇ ਬਾਬਾ ਮਿਹਰ ਕਰੇ, ਸਭ ਨੂੰ ਤਰੱਕੀਆਂ ਬਖਸ਼ੇ, ਸਭ 'ਤੇ ਮਿਹਰ ਕਰੇ। ਅਤੇ ਹੁਣ ਉਸਤਾਦ ਜੀ ਨੂੰ ਪੁੱਛਦੇ ਹਾਂ ਵੀ ਹੁਣ ਵਾਲੀ ਚਾਹ ਨਾ ਕੁਛ ਬਣਾਈਏ ਅਤੇ ਦੁਪਹਿਰ ਵਾਲੀ ਨੂੰ ਬਣਾ। ਜਦੋਂ ਮੈਂ ਘਰ ਹੁੰਦਾ ਫਿਰ ਮੇਰਾ ਮਨ ਕਰਦਾ ਰਹਿੰਦਾ ਕੁਛ ਨਾ ਕੁਛ ਬਣਾਉਣ ਦਾ। ਬਾਕੀ ਸਾਡੇ ਖਾਣ ਵਾਲੇ ਵੀ ਬੰਦੇ ਤੁਹਾਨੂੰ ਪਤਾ ਹੀ ਆ, ਇਕੱਲੇ ਇਕੱਲੇ ਨੇ ਫਿੰਗਰਾਂ ਖਾ ਲਈਆਂ। ਕੱਲ੍ਹ ਵੀ ਇਹਨਾਂ ਨੇ ਮੇਰੇ ਮਗਰੋਂ ਪਕੌੜੇ ਪਕੌੜੇ ਕੱਢ ਕੇ ਉਹ ਆਲੂ ਫਿੰਗਰ ਜਿਹੀਆਂ ਖਾ ਲਈਆਂ ਅਤੇ ਅੱਜ ਮੈਨੂੰ ਪਤਾ ਲੱਗਾ। ਅਤੇ ਹੁਣ ਮੈਂ ਚਾਹ ਤਾਂ ਲਈ ਆ ਪੀ, ਅਤੇ ਹੁਣ ਮੈਨੂੰ ਲੱਗ ਗਿਆ ਪਤਾ ਅਤੇ ਹੁਣ ਬਈ ਅੱਜ ਫਿਰ ਸਾਨੂੰ ਤੁਸੀਂ ਕੱਲ੍ਹ ਖਾ ਤਾਂ ਆਉਂਦੇ ਹੋ ਬਾਬਾ ਜੀ ਦੇ, ਕਿੱਥੋਂ ਉੱਥੇ ਮਿਲੇ ਹੀ ਨਹੀਂ ਸਾਨੂੰ ਨਾ ਬਈ। ਉਸਤਾਦ ਉਹਨਾਂ ਨੇ ਇਕੱਲਿਆਂ ਨੇ ਖਾ ਲਏ ਕੱਲ੍ਹ, ਬਈ ਬਰਸੀ 'ਤੇ ਇੰਨੀ ਜ਼ਿਆਦਾ ਸੰਗਤ ਸੀ ਨਾ, ਬਹੁਤ ਜ਼ਿਆਦਾ, ਲੰਗਰ ਵੀ ਬਹੁਤ ਲਾਏ ਸੀਗੇ। ਪਰ ਅਸੀਂ ਜਿਹੜੇ ਪਕੌੜੇ, ਕਿਉਂਕਿ ਸੰਗਤ ਪਕੌੜਿਆਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਚਾਹ ਕੇ ਖਾਂਦੀ ਆ, ਮੌਸਮ ਵੀ ਠੰਡਾ ਸੀ, ਜਿਹੜੇ ਵੀ ਲੰਗਰ 'ਚ ਜਾਂਦੇ ਸੀ ਬਾਹਰ ਲੈਣਾ ਲੱਗੀਆਂ ਪਈਆਂ ਸੀ, ਉਹ ਤੋਂ ਰੌਲਾ ਪੈਂਦਾ ਸੀਗਾ ਅਤੇ ਅਸੀਂ ਕਿਹਾ ਵੀ ਇੱਥੇ ਵੜਨਾ ਬਹੁਤ ਔਖਾ। ਬਹੁਤ ਤਰ੍ਹਾਂ ਦੇ ਲੰਗਰ ਸੀਗੇ ਗੁਰੂ ਮਹਾਰਾਜ ਦੇ, ਚਲੋ ਸ਼ਰਧਾ ਭਾਵਨਾ ਨਾਲ ਲੋਕ ਲਾਉਂਦੇ ਆ, ਪਰ ਸੰਗਤ ਨੂੰ ਵੀ ਇਹ ਚਾਹੀਦਾ ਥੋੜ੍ਹਾ ਜਿਹਾ ਨਾ ਵੀ ਜਾਣੀ ਰਿਲੈਕਸ ਰਹਿਣਾ ਚਾਹੀਦਾ। ਇੱਕ ਦੂਜੇ ਦੇ ਉੱਤੇ ਡਿੱਗਦੇ ਆ, ਧੱਕੇ ਮਾਰਦੇ ਆ, ਉਹ ਥੋੜ੍ਹਾ ਜਿਹਾ ਨਹੀਂ ਚੰਗਾ ਲੱਗਦਾ। ਉਹਦੇ 'ਚ ਨਾਲੇ ਥੋੜ੍ਹਾ ਜਿਹਾ ਬੰਦਿਆਂ 'ਚ ਕ੍ਰੋਧ ਵੀ ਵੱਧਦਾ ਜਦੋਂ ਧੱਕੇ ਮਾਰਦੇ, ਹਾਂ ਥੋੜ੍ਹੀ ਸ਼ਾਂਤੀ ਭੰਗ ਹੋ ਜਾਂਦੀ ਹੈ। ਇੱਕ ਇਹ ਵੀ ਨੋਟ ਕੀਤਾ ਵੀ ਜਦੋਂ ਆਇਆ ਆਪਾਂ ਜਾਂਦੇ, ਚਲੋ ਹੈ ਨਾ ਬਰਸੀ 'ਤੇ ਜਾਂ ਹੋਰ ਵੀ ਪ੍ਰੋਗਰਾਮ ਸਮਾਗਮ ਹੁੰਦੇ ਆ, ਉਹਨਾਂ 'ਚ ਨਾ ਸੰਗਤ ਹੁੰਦੀ ਬਹੁਤ ਜ਼ਿਆਦਾ, ਅਤੇ ਸੰਗਤ ਦੇ ਵਿੱਚ ਥੋੜ੍ਹਾ ਜਿਹਾ ਨਾ ਸਬਰ ਸਹਿਣਸ਼ੀਲਤਾ ਥੋੜ੍ਹੀ ਜਿਹੀ ਘੱਟ ਆ। ਜਦੋਂ ਵੀ ਥੋੜ੍ਹਾ ਜਿਹਾ ਮੰਨ ਕੇ ਚੱਲੋ ਜਾਂ ਵੀ ਧੱਕਾ ਵੱਜਦਾ ਜਾਂ ਵੀ ਅੱਗੇ ਲੰਘਣਾ ਹੁੰਦਾ, ਉੱਥੇ ਥੋੜ੍ਹਾ ਜਿਹਾ ਨਾ ਘਾਬਰ ਜਾਂਦੇ ਆ, ਵੀ ਜਾਣੀ ਲੜ ਪੈਂਦੇ ਲੋਕਾਂ ਨੂੰ ਵੀ ਤੂੰ ਧੱਕਾ ਮਾਰਦਾ ਐਂ ਨਾ ਥੋੜ੍ਹਾ ਜਿਹਾ ਕਰਿਆ ਕਰੋ। ਸ਼ਰਧਾ ਭਾਵਨਾ ਦੂਜੇ ਬੰਦੇ ਦੀ ਵੀ ਥੋੜ੍ਹੀ ਜਿਹੀ ਭੰਗ ਹੋ ਜਾਂਦੀ ਆ, ਅਤੇ ਥੋੜ੍ਹਾ ਜਿਹਾ ਪਿਆਰ ਸਤਿਕਾਰ ਨਾਲ ਹੀ ਲੰਗਰ ਪ੍ਰਸ਼ਾਦੇ ਛਕਣਾ ਚਾਹੀਦਾ, ਸਬਰ ਨਾਲ ਥੋੜ੍ਹੇ ਜਿਹੇ ਬੰਦੇ ਵਿੱਚੋਂ ਹੋ ਜਾਂਦੇ ਆ ਭਾਵ, ਕਰਨਾ ਨਹੀਂ ਚਾਹੀਦਾ। ਕਈ ਆਪਾਂ ਹੈ ਨਾ ਗੱਲਾਂ ਸੁਣੀਆਂ ਵੀ ਗੁਰੂ ਘਰ ਜਾ ਕੇ ਥੋੜ੍ਹਾ ਜਿਹਾ ਜਿਵੇਂ ਦਰਬਾਰ ਸਾਹਿਬ ਜਾਂਦੇ ਹਰਿਮੰਦਰ ਸਾਹਿਬ, ਉੱਥੇ ਵੀ ਥੋੜ੍ਹਾ ਛੇਤੀ ਕਰਦੇ ਹੈ ਨਾ, ਛੇਤੀ ਨਾ ਕਰਿਆ ਕਰ, ਥੋੜ੍ਹਾ ਜਿਹਾ ਪਿਆਰ ਨਾਲ ਰਿਲੈਕਸ ਹੋ ਕੇ, ਥੋੜ੍ਹਾ ਜਿਹਾ ਨਾ ਨਾਲ ਦਾ ਬੰਦਾ ਵੀ ਥੋੜ੍ਹਾ ਮੇਰੇ ਵਰਗਾ ਵੀ ਡਿਸਟਰਬ ਹੁੰਦਾ ਜਦੋਂ ਦੂਜੇ ਬੰਦੇ ਨੂੰ ਦੇਖਦਾ ਨਾ, ਕਾਹਲੀ ਲੋਕ ਵਾਹਲੀ ਕਰਦੇ ਆ, ਕਾਹਲੀ ਨਾ ਕਰਿਆ ਕਰ, ਥੋੜ੍ਹਾ ਪਿਆਰ ਸਤਿਕਾਰ ਨਾਲ ਹੀ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕਿਆ ਕਰੋ। ਬਣਾਇਆ ਤਾਂ ਸੰਗਤ ਵਾਸਤੇ ਹੁੰਦਾ, ਫਿਰ ਉਹ ਜਿਹੜੇ ਅੱਗੇ ਸੇਵਾਦਾਰ ਹੁੰਦੇ ਉਹ ਵੀ ਫਿਰ ਥੋੜ੍ਹਾ ਜਿਹਾ ਹੋ ਜਾਂਦਾ ਹੈ ਨਾ, ਅਤੇ ਥੋੜ੍ਹਾ ਪਿਆਰ ਮੁਹੱਬਤ ਨਾਲ ਹੀ ਰਿਹਾ ਕਰੋ। ਅਤੇ ਬਾਕੀ ਕੱਲ੍ਹ ਆਪਣੇ ਤਾਂ ਭਾਗਾਂ 'ਚ ਹੈ ਨਹੀਂ ਸੀਗੇ, ਆਪਾਂ ਪੂੜੀਆਂ ਛੋਲਿਆਂ ਦਾ ਲੰਗਰ ਜ਼ਰੂਰ ਛਕੇ ਸੀ, ਇੱਕ ਥਾਂ ਸੀਗੇ ਆਪਣੇ ਕੁਲਚੇ ਛੋਲੇ ਉਹ ਖਾਲੇ, ਜਿੱਥੇ ਥੋੜ੍ਹਾ ਜਿਹਾ ਰਾਸ਼ ਵੀ ਜਾਣੀ ਸੰਗਤ ਘੱਟ ਸੀਗੀ। ਅਤੇ ਹੁਣ ਉਸਤਾਦ ਜੀ ਬਾਹਰ ਮੌਸਮ ਹੈਗਾ ਠੰਡਾ, ਅਤੇ ਅੱਜ ਫਿਰ ਸਾਨੂੰ ਵੀ ਖਵਾਓ। ਲਓ ਜੀ ਹਜੇ ਤਾਂ ਕੀ ਟਾਈਮ ਹੋ ਗਿਆ, 1:15, 12:30, 12:30 ਹੋ ਗਿਆ। ਹੁਣ ਲੱਗੀਆਂ ਨੇ ਚੜੀਆਂ ਨੀ ਕਹਿੰਦੇ ਸੌਣ ਦੀਆਂ, ਪਾਦੋਂ ਦੇ ਵਿੱਚ ਲੱਗੀਆਂ ਨੀ ਚੜੀਆਂ ਸੌਣ ਦੀਆਂ, ਸਾਰੇ ਦਿਨ ਦੇ ਐਂ ਸਰਾਟੇ ਪੈ ਜਾਂਦਾ ਬਈ। ਠੀਕ ਆ ਯਾਰ, ਰੱਬਾ ਕੈਟ ਆ, ਕੁਦਰਤ ਆ ਬਈ, ਕੁਦਰਤ ਦਾ ਆਨੰਦ ਲਓ, ਆਨੰਦ ਵਾਕਿਆ ਕੁਦਰਤ ਕੁਦਰਤ ਆ। ਕਿੰਨੀ ਗਰਮੀ ਲੱਗਦੀ ਸੀ ਅਤੇ ਅੱਜ ਦਿਲ ਖੁਸ਼ ਕਹਿੰਦੇ ਵੀ ਛੇਤੀ ਉੱਥੇ ਗੀਜ਼ਰ ਲਓ, ਉੱਥੇ ਨਾ ਗੈਸ ਵਾਲਾ ਗੀਜ਼ਰ ਲੱਗਾ ਅਤੇ ਆਪਾਂ ਵੀ ਐਤਕੀ ਲੈ ਕੇ ਆਉਂਦਾ ਸੀਗਾ ਬਿਜਲੀ ਵਾਲਾ, ਅਤੇ
ਇਹ ਉਸਤਾਦ ਜੀ ਕਹਿੰਦੇ ਵੀ ਉੱਪਰ ਲਾਓ ਅਤੇ ਉੱਪਰਲਾ ਇੱਥੇ ਲਾਓ। ਆਪਣੇ ਨੂੰ ਕਿਹਾ ਸੀ ਅਜੇ ਆਇਆ ਨਹੀਂ ਕਿਉਂਕਿ ਅੱਜ ਮੌਸਮ ਥੋੜ੍ਹਾ ਜਿਹਾ ਖਰਾਬ ਆ, ਉਦੋਂ ਬੱਚਿਆਂ ਦਾ ਵੀ ਟਾਈਮ ਹੋਣ ਵਾਲਾ, 2:30 ਉਦੋਂ ਮੀਂਹ ਪੈਣ ਲੱਗ ਪਿਆ। ਛਤਰੀਆਂ ਕਿੱਥੇ ਉਸਤਾਦ? ਛਤਰੀਆਂ ਲੈ ਕੇ ਜਾਣੀਆਂ ਪੈਣੀਆਂ। ਮੈਨੂੰ ਤਾਂ ਉਸਤਾਦ ਨੇ ਕਿਹਾ ਰੋਟੀ ਖਵਾਤੀ ਬਈ, ਹੁਣ 2 ਪਕਾਈ ਬੈਠੀ ਸੀ, 3 ਆ ਫਿਰ ਹਟ ਗਿਆ। ਐਂ ਸ਼ਰਾਟੇ 'ਚ ਪਾਉਂਦੇ ਆ। ਉਸਤਾਦ ਜੀ ਕਹਿੰਦਾ ਰਹਿਣ ਦਿਓ ਪਕੌੜੇ, ਪਰ ਮੇਰਾ ਜੀ ਕਰਦਾ ਜੀ ਪਕੌੜੇ ਖਾਣ ਨੂੰ, ਪਰ ਆਪਾਂ ਅੱਜ ਦੱਸਿਆ ਨਹੀਂ ਦਿਲ 'ਤੇ ਖੁਸ਼ ਨੂੰ, ਅਤੇ ਹੁਣ ਮੈਂ ਦੇਖਦਾ, ਪਰ ਜੇ ਮੈਂ ਬ੍ਰੈਡ ਲੈਣ ਗਿਆ ਤਾਂ ਚਲੋ ਦੇਖਦਾ। ਹਾਂ ਕਣੀਆਂ ਡਰ ਲੱਗਦਾ, ਹੁਣ ਛਤਰੀ ਲੈ ਕੇ ਜਾਣੀ ਹੈ। ਇਹ ਛੋਟੀ ਹੈ ਛਤਰੀ ਇਹਨਾਂ ਦੀ। ਚੱਲ ਕੋਈ ਨਹੀਂ, ਚਲੋ ਭੂਰ ਜੀ ਪਾ ਰਿਹਾ ਰੱਬ। ਆਹਾ ਨਜ਼ਾਰਾ ਆ ਗਿਆ ਕਿ ਠੰਡ 'ਚ, ਠੰਡ ਲੱਗਦੀ ਹੈ ਠੰਡ। ਵਾਹ ਕਿਆ ਵਿਊ ਹੈ ਬਾਈ ਅੱਜ ਫੇਰ। ਰਾਜੂ ਕੱਢੇ ਨੀ ਪਕੌੜੇ ਪਕੌੜੇ ਅੱਜ? ਰਾਜੂ ਨੇ ਪਕੌੜੇ ਨੀ ਕੱਢੇ ਅੱਜ? ਮੌਸਮ ਦਾ ਅੱਜ ਪਕੌੜੇ ਵਾਲਾ ਬਈ, ਹੈਂ ਬਣਾਏ ਨੀ ਅਜੇ? ਪੌਣੇ 3 ਹੋ ਗਏ, ਚੱਲਿਆ ਸੀ ਬਣਾ ਲੈਣੇ, ਸਾਨੂੰ ਵੀ ਦੇ ਬ੍ਰੈਡ ਤਾਜ਼ੇ ਆ। ਤੁਸੀਂ ਬਸ ਠੀਕ ਆ? ਬੇਸਣ ਤਾਂ ਹੈਗਾ, ਬ੍ਰੈਡ ਹੀ ਦੇ ਦੇ ਕੱਲੇ। ਹੋਰ ਸੈੱਟ ਨੀ ਬ੍ਰੈਡ, ਹੋਰ ਕੁਛ ਖਾ? ਉੱਪਰ ਲਾਓ ਆਪਾਂ ਤੁਹਾਡੇ ਜਾਣੀ ਛਤਰੀ, ਤੂੰ ਫੜ ਕੇ ਰੱਖਣਾ। ਹੁਣ ਥੋੜ੍ਹਾ ਮੀਂਹ ਹਟ ਗਿਆ, ਭੂਰ ਜੀ ਪੈਂਦੀ ਹੈ। ਚੱਲ ਚੱਲ ਮੈਂ ਹਾਂ ਮੈਂ ਲੈ ਜਾਵਾਂ, ਉਦੋਂ ਮੀਂਹ ਜ਼ਿਆਦੇ ਸੀ ਜਦੋਂ ਮੈਂ ਆਇਆ, ਅੱਜ ਵੈਨ ਲੇਟ ਆ ਹੈ ਨਾ, ਖਿੱਚਦਾ ਹਵਾ ਤਾਂ ਉਹਨੂੰ ਪ੍ਰੈਸ਼ਰ ਬਣਦਾ। ਕਾਲੀ ਲੈ ਚੱਲਿਆ ਪਕੌੜੇ, ਪਕੌੜੇ ਹੋਏ ਕਿ ਪੀਜ਼ਾ ਆ, ਵੇਖ ਕਿਉਂ ਆ ਗਿਆ ਕਿ ਨਹੀਂ, ਮੈਨੂੰ ਭਿਆਉਂਗੇ। ਆ ਜਾਓ ਹੁਣ ਬੈਗ ਭੇਜਣੇ ਆ, ਆਵੇ ਆਏ ਆਉਂਦਾ ਹਾਂ ਸ਼ਰਾਟਿਆਂ 'ਚ, ਫੜ ਕੇ ਰੱਖ ਆ ਜਾਂਦਾ ਉਦੋਂ ਛਤਰੀ ਫੜ ਕੇ, ਸ਼ਰਾਟੇ ਆਉਂਦੇ ਆ। ਹਵੇ ਆ ਗਿਆ ਬੱਦਲ ਫਿਰ ਕਾਲਾ ਸ਼ਾਹ, ਨਾਲ ਦੀ ਨਾਲ ਪਾਉਂਦਾ ਜਾਂਦਾ, ਨਾਲ ਦੀ ਨਾਲ ਲੰਘਦਾ ਜਾਂਦਾ। ਅੱਜ ਸੂਰਦੇਵ ਤਾਂ ਨਿਕਲਿਆ, ਅੱਜ ਠੰਡ ਆ, ਕੋਟੀ ਦੀ ਤਾਂ ਲੋੜ। ਚੱਲ ਕੋਈ ਨੀ, ਕੀ ਹੋ ਗਿਆ? ਲੈ ਵੱਜ ਕਿਵੇਂ ਗਈ? ਚੱਲ ਲੰਘ ਮੈਂ ਬੂਹਾ ਖੋਲਦਾ। ਚਲੋ ਜੀ ਲੰਘ ਜਾਓ, ਇਕੱਠੀ ਕਰ ਲਾ। ਇੰਨਾ ਕੀ ਆ ਜਿੰਨਾ ਕੁ ਇੱਥੇ, ਉਨਾ ਕੁ ਉੱਥੇ, ਹੋਰ ਕਿੰਨਾ ਕੁ? ਲਓ ਵੇ ਮਿੱਤਰੋ, ਫੁੱਲ ਮੀਂਹ ਦੇ ਨਾਲ ਆਪਣੇ ਬ੍ਰੈਡ ਤਿਆਰ, ਕਿਤੇ ਸ਼ਰਾਟੇ ਆ ਜਾਂਦੇ, ਕਿਤੇ ਜਾ ਵੜਦੇ ਆ। ਆਹਾ ਆਹ ਨਜ਼ਾਰਾ ਆ ਗਿਆ ਬਾਈ, ਉਸਤਾਦ ਜੀ ਨੇ ਕੱਢਤੇ ਆਪਾਂ ਨੂੰ ਬ੍ਰੈਡ, ਧੰਨਵਾਦ ਉਸਤਾਦ ਜੀ ਦਾ। ਬੱਦਲ ਪੂਰਾ ਘੁਲਿਆ ਪਿਆ ਬਈ, ਉੱਪਰ ਨਾਲੇ ਵੀ ਚੱਲ ਪਿਆ। ਕਿਵੇਂ ਓਕੇ? ਚਲੋ ਜੀ ਕਰੋ ਇੰਜੋਏ, ਮੀਂਹ ਦੀ ਸਪੀਡ ਬਈ ਪੂਰੀ ਫੁੱਲ ਹੈ, ਬ੍ਰੇਕ ਉੱਪਰ ਨਾਲਾ ਚੱਲਦਾ। ਕਿਉਂ ਪਹਿਲਾਂ ਦੇ ਰੇੜੇ ਛੋਟੇ ਛੋਟੇ ਸੀ, ਆਹ ਹੁਣ 10 ਮਿੰਟ ਚੰਗਾ ਕਰਿਆ ਟਕਾ ਕੇ ਮੀਂਹ ਸਿੱਟੇ ਯੱਕਦਾ। ਹਾਂ ਖਾਈ ਦੇਖਿਆ ਹੀ ਦੇ ਰੱਬਾ। ਚਲ ਕੋਈ ਗੱਲ ਨਹੀਂ, ਐਂ ਮੋਟੀ ਕਣੀ ਦਾ ਹੁਣ ਤਾਂ ਮੀਂਹ ਪੂਰਾ ਐਂ ਫਾਸਟ, ਮਿੰਟ 'ਚ ਸਲੋਅ ਹੋ ਜਾਂਦਾ ਹਟ ਗਿਆ। ਪਰਨਾਲੇ ਦੀ ਸਪੀਡ ਚੈੱਕ ਕਰੋ, ਕਿਉਂ ਅੱਜ ਤਾਂ ਮਿਹਰਬਾਨ ਹੋਇਆ ਪਿਆ, 2 ਦਿਨ ਹੋ ਗਏ ਆ। ਕੱਲ੍ਹ ਬਰਸੀ 'ਤੇ ਹੀ ਥੋੜ੍ਹੀ ਜਿਹੀ ਛੁੱਟੀ ਦਿੱਤੀ ਉਹ ਵੀ ਬਾਬੇ ਦਾ, ਚਲੋ ਬਾਬਾ ਨਾਨਕ ਸਿੰਘ ਜੀ ਦਾ ਸੀਗੀ ਬਰਸੀ। ਹਾਂ ਵੇ ਵੇਖਿਆ ਕਿਹੜੇ ਉੱਤਰਦਾ ਮੀਂਹ, ਕਿਹੜੇ ਜਿੱਥੇ ਡਿੱਗਦਾ ਸ਼ਰਾਟਾ ਡਿੱਗਦਾ ਕਿਹੜੇ। ਵਾਹ ਵਾਹ, ਕਿਉਂ ਵੇਖ ਉਸਤਾਦ ਸਪੀਡ ਵੇ ਤੂੰ ਮੀਂਹ ਦੀ, ਕਿਹੜਾ ਹੀ ਫਿਰ ਸਲੋਅ ਹੋ ਜਾਂਦਾ ਵੇ, ਸ਼ਰਾਟੇ ਆ ਕਿਉਂ ਹੋਲੇ, ਕਿਹੜਾ ਹੀ ਸਾਫ਼ ਹੋ ਗਿਆ, ਫਿਰ ਕਿਹੜਾ ਹੀ ਸਲੋਅ ਹੋ ਜਾਂਦਾ, ਫਿਰ ਮੋਟੀਆਂ ਕਣੀਆਂ ਆ ਜਾਂਦੀਆਂ। ਹਾਂ ਕਿਵੇਂ ਲੱਗੇ ਖੁਸ਼ੀ? ਟੇਸਟੀ ਪੂਰੇ
ਇਹ ਇੰਨਾ ਜਿਹੜੇ ਬ੍ਰੈਡ ਆ ਨਾ ਛੇਤੀ ਨਿਕਲ ਜਾਂਦੇ ਆ ਹਨਾ, ਜਿਹੜੇ ਪਕੌੜੇ ਪਹਿਲਾਂ ਆਲੂ ਗੰਢੇ ਕੱਟਣ, ਨਾਲੇ ਇਹ ਸੌਫਟ ਜਿਹੇ ਹੁੰਦੇ, ਮੈਨੂੰ ਤਾਂ ਵਧੀਆ ਲੱਗਦੇ ਵੈਸੇ। ਲਓ ਬਈ ਅੱਜ ਕਿਹਨੇ ਕਿਹਨੇ ਬ੍ਰੈਡ ਪਕੌੜੇ ਬਣਾਏ ਆ ਘਰੇ ਹੋਮ ਮੇਡ, ਅਸੀਂ ਅੱਜ ਲੈ ਕੇ ਨਹੀਂ ਆਉਂਦੇ ਹੋਟਲ ਤੋਂ, ਘਰੇ ਬਣਾਏ ਆ ਸਾਡੇ ਉਸਤਾਦ ਜੀ ਨੇ। ਹਾਂਜੀ ਉਸਤਾਦ ਜੀ ਥੈਂਕ ਯੂ, ਪੂਰੀ ਘੈਂਟ ਗੱਲਬਾਤ ਆ, ਨਾਲ ਬ੍ਰੈਡ ਦੇ ਨਾਲ ਗਰਮਾ ਗਰਮ ਚਾਹ, ਮੈਂ ਕਹਿੰਦਾ ਕਿਆ ਬਾਤਾਂ। ਅੱਜ ਬਈ ਸਾਰਾ ਦਿਨ ਝੜੀ ਲੱਗੀ ਆ, ਵੈਸੇ ਟਾਈਮ ਤਾਂ ਹੋ ਗਿਆ 3:30-4, ਬਟ ਘੈਂਟ ਗੱਲਬਾਤ ਆ। ਓਕੇ ਚਾਹ ਲਿਆ ਕੇ ਦੇਖੋ ਉਸਤਾਦ, ਆਨੰਦ ਆ ਗਿਆ ਅੱਜ, ਹੈ ਸਹੀ ਨਜ਼ਾਰਾ। ਅਸਲ ਜਿਉਂ ਦੀਆਂ ਗਰਮੀਆਂ ਸਟਾਰਟ ਹੋਈਆਂ, ਮੀਂਹ ਹੋਣੀ ਲਗਾਤਾਰ ਅੱਜ ਸਾਰਾ ਦਿਨ, ਯਾਨੀ ਸੂਰਜ ਦੇਵਤਾ ਨਹੀਂ ਦਿਖਾਈ ਦਿੱਤੇ ਹੈ ਨਾ, ਅੱਜ ਉਹ ਮੌਸਮ ਵੀ ਠੰਡਾ ਠੰਡ ਲੱਗਦੀ ਹੈ। ਕਰਤੀਆਂ ਪਲੇਟਾਂ ਖਾਲੀ, ਚੱਲਿਆ ਬਹੁਤ ਸਵਾਦ ਬਣਦੇ ਆ ਥੋੜ੍ਹੀ ਫੋਕਰੀ, ਗਰਮ ਕਰ ਲਈ ਕਿ ਗਰਮੀ ਆ। ਆ ਛੋਟੂ ਸਾਡਾ ਸਭ ਤੋਂ ਮਗਰੋਂ ਹਟਦਾ ਹੁੰਦਾ ਖਾਣਾ, ਇਹ ਕੁਰਸੀ 'ਤੇ ਬੈਠਣ ਦਾ ਸਟਾਈਲ ਤੇਰਾ ਛੋਟੂ, ਐਂਡ 'ਤੇ ਹਟਦਾ ਫਿਰ ਐਂ ਤਸੱਲੀ ਕਰਕੇ ਪੂਰੇ ਖਾ ਕੇ। ਖਾਊਗੀ ਇੱਕ ਅੱਧਾ ਤਾਂ ਲੈ ਲਾ ਪੁੱਤ, ਗਰਮ ਗਰਮ ਟੇਸਟ ਲੱਗਦੇ ਹੈ ਨਾ, ਦੇ ਦੇ ਲਿਆ ਕੇ, ਇੱਕ ਲਿਆ ਦੀ ਕਿ ਦੋ, ਦੋ ਲਿਆ ਦੀ ਹੈ ਨਾ, ਇੱਕ ਲਿਆ ਦੇ ਪੁੱਤ, ਹੁਣ ਕਿਹੜਾ ਹਟ ਗਿਆ ਪਰ ਬਾਹਰ ਹਨੇਰਾ ਹਨੇਰਾ। ਇਹ ਸਾਡਾ ਆਖਾਂ ਸ਼ਪ੍ਰੀਤ ਪੱਤਾ, ਇਹ ਜਾਣ ਜਾਣ ਆ ਦਿਲਪ੍ਰੀਤ ਸਾਡਾ। ਪੇਪਰ ਕਿੰਨੀ ਤਰੀਕ ਨੂੰ ਸ਼ੁਰੂ ਹੈ, ਮੇਰਾ ਕੱਪ ਕਿੱਥੇ, ਮੇਰਾ ਕੱਪ, ਮੈਂ ਕੱਪ 'ਚ ਪੀਨਾ ਹੁੰਦਾ, ਉਹ 'ਚ ਵਧੀਆ ਲੱਗਦਾ। ਚੱਲ ਕੋਈ ਬਸ ਕਰੋ ਜੀ, ਚੱਲ ਜਿਹਨੇ ਬਣਾਏ ਉਹਨੇ ਵੀ ਖਾਣੇ ਵਿਚਾਰੇ ਨੇ ਕਿ ਨਹੀਂ, ਖਾਲਾ ਖਾਲਾ ਰੱਜ ਕੇ।